ਰੱਖ ਦਿੱਤਾ ਤੇ ਚੂਹਾ ਆਪ ਗਾਇਬ ਹੋ ਗਿਆ। ਇਹ ਹੁਣ ਸਿਹਾਬੀ ਸੀ ਨਾ, ਸਾਡੇ ਵਰਗਾ ਹੁੰਦਾ ਰਾਹ ਪੈਂਦਾ 18 ਦਿਨਾਰ ਹੋਣ ਤੇ 7 ਤੋਲੇ ਸੋਨਾ ਬਣਦਾ ਜੀ, ਤਕਰੀਬਨ 7 ਤੋਲੇ। ਇਹ ਆਂਦਾ ਚਲੋ ਚੜ੍ਹਨੇ ਸ਼ਹਿਰ ਚੜ੍ਹਨੇ, ਕੋਈ ਕੜਾਹੀ ਗੋਸ਼ਤ ਖਾਵਾਂਗੇ, ਕੋਈ ਟੇਪ ਖਰੀਦਾਂਗੇ, ਕੋਈ ਵੀਡੀਓ ਦੀ ਕਿਸ਼ਤ ਲੈ ਆਵਾਂਗੇ। ਕੋਈ ਹੋਰ ਬੰਦਾ ਸਿਹਾਬੀ ਸੀ ਨਾ, ਇੰਜ ਕਰਕੇ ਮੋਟੀ ਦਿਨਾਰ ਪਕੜੇ ਸਿੱਧਾ ਮੇਰੇ ਮੁਸਤਫਾ ਕੋਲ ਆ ਕੇ ਕਹਿੰਦਾ, ਸੋਹਣਿਆ ਆ ਚੂਹੇ ਦੀ ਖੁੱਡ ਵਿੱਚੋਂ 18 ਦਿਨਾਰ ਮਿਲੇ ਨੇ, ਇਹ ਮੇਰੇ ਵਾਸਤੇ ਜਾਇਜ਼ ਨੇ ਕਿ ਨਜਾਇਜ਼? ਤੈਨੂੰ ਰਾਜ ਕੋਈ ਪੈਸੇ ਲੱਭਣ ਕਦੀ ਮੌਲੀ ਸਾਹਿਬ ਕੋਲ ਪੁੱਛਿਆ ਹੀ ਮੌਲੀ ਜੀ ਹਲਾਲ ਨੇ ਕਿ ਹਰਾਮ ਨੇ? ਇੱਥੇ ਤੇ ਆਲੇ ਨੇ ਵੀ ਕੋਈ ਕੋਈ ਗੋਲ ਕੋਈ ਗਿਣਨ ਲੱਗੇ ਨਾ ਪੈਸੇ, ਉਹਦੇ ਕੋਲ ਰੁਪਈਆ ਡਿੱਗ ਪੈਣ ਤੇ ਕਈ ਬੰਦੇ ਉੱਤੇ ਪੈਰ ਚ ਰੱਖਦੇ ਨੇ ਤੇ ਮੂੰਹ ਪਰਾਂ ਨੂੰ ਕਰੇ ਤੇ ਫਿਰ ਪਰਾਂ। ਇਹ ਇਮਾਨ ਅੱਲਾ ਜਾਣਦਾ, ਕਈਆਂ ਦਾ ਇਮਾਨ ਕਰੋੜਾਂ ਤੇ ਨਹੀਂ ਫਿਰਦਾ, ਕਰੋੜਾਂ ਤੇ। ਆ ਮੈਂ ਤੈਨੂੰ ਬੁਖਾਰੀ ਦੀ ਹਦੀਸ ਸੁਣਾਵਾਂ, ਇੱਕ ਬੰਦੇ ਨੇ ਬਾਹਰੋਂ ਜ਼ਮੀਨ ਵੇਚੀ ਤੇ ਦੂਜੇ ਖਰੀਦ ਲਈ, ਜਦੋਂ ਇਹਨੇ ਹਲ ਜੋਤੇ ਇਹਦੇ ਹਲ ਦੇ ਫਾਲੇ ਨਾਲ ਸੋਨੇ ਦਾ ਫਰਿਆ ਘੜਾ ਅੜ ਗਿਆ, ਮਟਕਾ ਸੋਨੇ ਦਾ ਫਰਿਆ। ਇਹਦਾ ਇਮਾਨ ਵੇਖ ਲੈ ਕਿੰਨਾ ਹੈ, ਇਹ ਕਹਿੰਦਾ ਇਹ ਭਾਈ ਦਾ ਘੜਾ ਵਿੱਚ ਹੀ ਰਹਿ ਗਿਆ, ਮੈਂ ਤੇ ਉਹਦੇ ਕੋਲੋਂ ਸਿਰਫ ਜ਼ਮੀਨ ਖਰੀਦੀ ਹੈ, ਜ਼ਮੀਨ ਵਾਲੀਆਂ ਚੀਜ਼ਾਂ ਨਹੀਂ ਖਰੀਦੀਆਂ। ਇਹਨੇ ਬੈਲਾਂ ਦੀ ਜੋਗ ਉੱਥੇ ਹੀ ਰੋਕ ਦਿੱਤੀ, ਘੜਾ ਸਿਰ ਤੇ ਚੁੱਕ ਲਿਆ ਜਿਹਦੇ ਕੋਲੋਂ ਜ਼ਮੀਨ ਖਰੀਦੀ ਸੀ। ਉਹਨੂੰ ਜਾ ਕੇ ਕਹਿੰਦਾ ਭਾਈ ਜ਼ਮੀਨ ਵਾਲਿਆ, ਮੈਂ ਤੇਰੇ ਕੋਲੋਂ ਸਿਰਫ ਜ਼ਮੀਨ ਹੀ ਖਰੀਦੀ ਹੈ, ਜ਼ਮੀਨ ਵਾਲੀਆਂ ਚੀਜ਼ਾਂ ਨਹੀਂ ਖਰੀਦੀਆਂ। ਆ ਤੇਰੀ ਪੈਲੀ ਵਿੱਚੋਂ ਸੋਨੇ ਦਾ ਭਰਿਆ ਘੜਾ ਨਿਕਲਿਆ ਹੀ। ਦੁਨੀਆਦਾਰ ਉਹ ਵੀ ਨਹੀਂ ਸੀ, ਆਂਦਾ ਜੇ ਮੈਨੂੰ ਪਤਾ ਹੁੰਦਾ ਉੱਥੇ ਘੜਾ ਨਾ ਪਿਆ ਤੇ ਮੈਂ ਵੇਚਣੀ ਕਾਹਨੂੰ ਸੀ, ਮੇਰੀ ਕਿਸਮਤ ਚ ਹੁੰਦਾ ਤੇ ਉਦੋਂ ਨਿਕਲਦਾ। ਮੈਂ ਜਦੋਂ ਜ਼ਮੀਨ ਵੇਚੀ ਸੀ ਸਭ ਕੁਛ ਹੀ ਵੇਚ ਦਿੱਤਾ ਸੀ। ਕਿਉਂ ਜੀ, ਇਮਾਨ ਹੈ ਕਿ ਨਹੀਂ ਸਾਡੇ ਮੁਸਲਮਾਨ? ਓਏ ਮੁਸਲਮਾਨਾ, ਤੇਰੀ ਕਿਹੜੀ ਮੁਸਲਮਾਨੀ ਏ, ਹਰ ਕੰਮ ਵਿੱਚ ਤੇਰੀ ਬੇਈਮਾਨੀ ਏ। ਮੁਸਲਮਾਨਾ, ਤੇਰੀ ਕਿਹੜੀ ਮੁਸਲਮਾਨੀ ਏ, ਹਰ ਕੰਮ ਵਿੱਚ ਤੇਰੀ ਬੇਈਮਾਨੀ ਏ। ਛੱਪੜਾਂ ਤੋਂ ਦੁੱਧ ਵਿੱਚ ਪਾਣਾ ਪਾਣੀ ਏ, ਭਾਵੇਂ ਡੱਡੀ ਮੱਛੀ ਆਈ ਉੱਤੇ ਤਾਰਿਆ। ਮੁਸਲਮਾਨਾ, ਰੱਬ ਨੂੰ ਚਾ ਤੂੰ ਵੇ ਸਾਰਿਆ, ਤਾਂ ਨਾਰਾਜ਼ ਤੇ ਇੱਥੇ ਰੱਬ ਪਿਆਰਿਆ। ਤੈਨੂੰ ਬੇਈਮਾਨੀ ਦਾ ਆਸਰਾ, ਉਹਨਾਂ ਨੂੰ ਇਮਾਨਦਾਰੀ ਦਾ ਆਸਰਾ। ਇਹ ਕਹਿੰਦਾ ਘੜਾ ਤੇਰਾ ਏ, ਦੂਜਾ ਕਹਿੰਦਾ ਤੇਰਾ ਏ, ਉਹ ਕਹਿੰਦਾ ਮੈਂ ਕੋਈ ਨੀ ਉਹ ਲਿਜਾਣਾ, ਇਹ ਕਹਿੰਦਾ ਮੈਂ ਵੀ ਕੋਈ ਨੀ ਲਿਜਾਣਾ। ਦਰਮਿਆਨ ਚ ਸੋਨੇ ਦਾ ਭਰਿਆ ਖੜਾ ਪਿਆ ਹੈ, ਇਹ ਕਾਦਰ ਖੜਾ ਹੈ। ਉਹ ਕਹਿੰਦਾ ਨਹੀਂ ਜੀ ਨਹੀਂ, ਇਹ ਮੇਰਾ ਨਹੀਂ, ਮੈਂ ਜਦੋਂ ਜ਼ਮੀਨ ਵੇਚੀ ਸੀ ਸਭ ਕੁਛ ਵੇਚ ਦਿੱਤਾ ਸੀ। ਉਹ ਕਹਿੰਦਾ ਮੈਂ ਤਾਂ ਪੈਸੇ ਕੱਲੀ ਜ਼ਮੀਨ ਦੇ ਹੀ ਦਿੱਤੇ ਨੇ, ਇਹ ਮੇਰਾ ਨਹੀਂ। ਅੱਲਾ ਨੇ ਫਰਿਸ਼ਤਾ ਘੱਲ ਦਿੱਤਾ ਜਾਂ ਕੋਈ ਨੇਕ ਬੰਦਾ ਆ ਗਿਆ, ਅੱਲਾਹੋ ਅਕਬਰ ਅੱਲਾ, ਉਹਨੇ ਆ ਕੇ ਸੁਣੀ ਗੱਲ, ਕਹਿੰਦਾ ਬਾਈ ਜਾਨ ਤੁਹਾਡਾ ਰੋਲਾ ਕੀ ਏ? ਕਹਿੰਦੇ ਨੇ ਹਜ਼ਰਤ ਨੇ ਜ਼ਮੀਨ ਵੇਚੀ ਏ, ਮੈਂ ਖਰੀਦੀ ਏ, ਵਿੱਚੋਂ ਸੋਨੇ ਦਾ ਭਰਿਆ ਘੜਾ ਨਿਕਲ ਪਿਆ। ਅੱਲਾਹੋ ਅਕਬਰ ਅੱਲਾ, ਮੈਂ ਕਹਿੰਦਾ ਤੇਰਾ ਹੈ, ਇਹ ਕਹਿੰਦਾ ਤੇਰਾ ਹੈ। ਉਹ ਵੀ ਕੋਈ ਨੇਕ ਸੀ, ਨਹੀਂ ਤੇ ਆਂਦਾ ਲਿਆਓ ਮੈਂ ਉੱਥੇ ਦਰਸ ਖੋਲਿਆ ਤੁਹਾਡਾ, ਫਿਰ ਉੱਥੇ ਲਾ ਦਈਏ। ਕਿਉਂ ਜੀ, ਇੰਜ ਹੋ ਜਾਂਦਾ ਨਾ? ਅੱਲਾ, ਸਾਡੇ ਸ਼ਾਹ ਸਾਹਿਬ ਹੁੰਦੇ ਨੇ ਇਹ ਨਾਗਰਾ ਜੀ, ਮੈਂ ਕਿਤਾਬਾਂ ਹੀ ਖਰੀਦ ਲੈਣਾ ਮਨਾਦਰੇ ਵਾਸਤੇ। ਕਹਿੰਦੇ ਸ਼ਾਹ ਜੀ ਅੱਲਾ, ਉਹ ਵੀ ਅੱਲਾ ਵਾਲਾ ਸੀ। ਇੱਕ ਕੋਲੋਂ ਪੁੱਛਦਾ ਔਲਾਦ ਹੈਗੀ, ਕਹਿੰਦਾ ਜੀ ਬੇਟਾ, ਦੂਜਾ ਕਹਿੰਦਾ ਬੇਟੀ ਏ, ਕਹਿੰਦਾ ਸੋਨਾ ਉਹਨਾਂ ਤੇ ਖਰਚ ਕਰ ਦਿਓ, ਦੋਵਾਂ ਦੀ ਸ਼ਾਦੀ ਕਰ ਦਿਓ। ਉਹ ਇਮਾਨ ਦਾ ਬੜਾ ਬੋਲੀ, ਇਹ ਸਿਹਾਬੀ ਨੇ 18 ਦਿਨਾਰ ਪਕੜੇ ਨੇ, ਮੇਰੇ ਮੁਸਤਫਾ ਕੋਲ ਆ ਗਿਆ, ਕਹਿੰਦਾ ਸੋਹਣੇ ਚੂਹੇ ਦੀ ਖੁੱਡ ਵਿੱਚੋਂ 18 ਦਿਨਾਰ ਮਿਲੇ ਨੇ, ਇਹ ਜਾਇਜ਼ ਨੇ ਕਿ ਨਜਾਇਜ਼ ਨੇ, ਹਲਾਲ ਨੇ ਕਿ ਹਰਾਮ ਨੇ? ਆਪ ਨੇ ਫਰਮਾਇਆ ਤੂੰ ਕੱਢੇ ਨੇ ਕਿ ਚੂਹੇ ਨੇ? ਕਹਿੰਦਾ ਸਰਕਾਰ ਮੈਂ ਤੇ ਹੱਥ ਵੀ ਲਾ, ਉਸੇ ਹੀ ਕੱਢੇ ਨੇ, ਤੇ ਉਂਝ ਜਿਹੜੇ ਤੁਸੀਂ 2-4 ਬੈਤੁਲ ਮਾਲ ਲਈ ਰੱਖਣੇ ਰੱਖ ਲਓ ਤੇ ਬਾਕੀ ਮੈਨੂੰ ਦਿਓ, ਮੈਂ ਇਸਤੇਮਾਲ ਕਰ ਲਾ। ਆਪ ਫਰਮਾਉਂਦੇ ਨੇ ਓਏ ਮੇਰੇ ਸਿਹਾਬੀ, ਸਾਨੂੰ ਦਿਨਾਰਾਂ ਦੀ ਲੋੜ ਨਹੀਂ, ਤੂੰ ਲੈ ਜਾ, ਮੈਂ ਮੁਹੰਮਦ ਬਰਕਤ ਦੀ ਦੁਆ ਫਰਮਾ ਦਿੰਦਾ ਵਾ। ਮੇਰੇ ਨਬੀ ਨੇ ਬਰਕਤ ਦੀ ਦੁਆ ਕਰ ਦਿੱਤੀ, ਅੱਲਾ ਮੇਰੇ ਸਿਹਾਬੀ ਦੇ ਦਿਨਾਰਾਂ ਚ ਬਰਕਤ ਪਾ ਦੇ। ਕਿੰਨੀ ਕੋਈ ਬਰਕਤ ਪਈ ਸਿਹਾਬੀ ਆਂਦਾ, ਫਿਰ ਮੇਰੀ ਜ਼ਿੰਦਗੀ ਤੋਂ ਦਿਨਾਰ ਨਹੀਂ ਨਾ ਮੁੱਕੇ।
ਮੈਂ ਖਰਚ ਕਰਦਾ ਸਾਂ, ਰੱਬ ਹੋਰ ਬਰਕਤ ਪਾ ਦਿੰਦਾ ਸੀ। ਉਹ ਮੁੱਕਣਾ ਕਿਵੇਂ? ਜੱਗਾਂ ਦੇ ਪੀਰ ਦੀ ਦੁਆ ਹੋਈ ਏ। ਆ ਮੈਂ ਤੈਨੂੰ ਇੱਕ ਹੋਰ ਗੱਲ ਸੁਣਾ ਦਿਆਂ। ਹਜ਼ਰਤ ਉਸਮਾਨ ਸ਼ਹੀਦ ਹੋਏ ਰਜ਼ੀ ਅੱਲਾਹੁ ਤਾਲਾ, ਮਜ਼ਲੂਮ ਇਮਾਮ ਸ਼ਹੀਦ ਹੋਇਆ ਨਾ, ਜਿਹਦਾ 40 ਦਿਨ ਪਾਣੀ ਬੰਦ ਏ, ਉਹ ਇਮਾਮ ਸ਼ਹੀਦ ਹੋਇਆ। ਕਿਹੜੇ ਇਮਾਮ ਦੀ ਗੱਲ ਕਰਨ ਲੱਗਾ ਵਾ, ਜਿਹਦੀ ਸਿਫਾਰਿਸ਼ ਦੇ ਨਾਲ 80,000 ਬੰਦਾ ਜੰਨਤ ਚ ਜਾਏਗਾ। ਉਸਮਾਨ ਕੱਲੇ ਦੀ ਸਿਫਾਰਿਸ਼ ਦੇ ਨਾਲ 80,000 ਬੰਦਾ ਜੰਨਤ ਜਾਏਗਾ ਨਾ। ਹਜ਼ਰਤ ਉਸਮਾਨ ਸ਼ਹੀਦ ਹੋਏ, ਸਹਾਬਾ ਰੋ ਰਹੇ ਨੇ, ਹਜ਼ਰਤ ਅਬੂ ਹੁਰੈਰਾ ਰਜ਼ੀ ਅੱਲਾਹੁ ਤਾਲਾ ਇਹ ਵੀ ਰੋ ਰਹੇ ਨੇ, ਬੜੇ ਰੋ ਰਹੇ ਨੇ। ਲੋਕ ਕਹਿੰਦੇ ਨੇ ਅਬੂ ਹੁਰੈਰਾ ਯਾਰ ਬੜਾ ਰੋ ਰਿਹਾ। ਹਜ਼ਰਤ ਅਬੂ ਹੁਰੈਰਾ ਆਉਂਦੇ ਨੇ, ਰੋਵਾਂ ਨਾ ਤੇ ਹੋਰ ਕੀ ਕਰਾਂ, ਇੱਕ ਤੇ ਉਸਮਾਨ ਦੀ ਸ਼ਹਾਦਤ ਦਾ ਗਮ ਏ, ਇੱਕ ਮੇਰੇ ਕੋਲ ਖਜੂਰਾਂ ਦੀ ਥੈਲੀ ਸੀ ਉਹ ਗੁੰਮ ਹੋ ਗਈ ਏ, ਉਹਦਾ ਗਮ ਏ। ਸਾਥੀ ਕਹਿੰਦੇ ਨੇ ਅਬੂ ਹੁਰੈਰਾ ਖਜੂਰਾਂ ਤੇ ਹੋਰ ਵੀ ਬੜੀਆਂ ਲੱਭ ਜਾਣਗੀਆਂ। ਹਜ਼ਰਤ ਅਬੂ ਹੁਰੈਰਾ ਕਹਿੰਦੇ ਨੇ ਖਜੂਰਾਂ ਤੇ ਬੜੀਆਂ ਲੱਭ ਜਾਣਗੀਆਂ, ਪਰ ਅੱਲਾ ਦੀ ਕਸਮੇ ਉਹੋ ਜਿਹੀਆਂ ਨਹੀਂ ਲੱਭਣੀਆਂ। ਲੋਕ ਕਹਿੰਦੇ ਨੇ ਅਬੂ ਹੁਰੈਰਾ ਉਹ ਕੋ ਖਾਸ ਖਜੂਰਾਂ ਸਨ। ਹਜ਼ਰਤ ਅਬੂ ਹੁਰੈਰਾ ਕਹਿੰਦੇ ਨੇ ਲੋਕੋ ਸੁਣ ਲੋਕ, ਮੈਨੂੰ ਭੁੱਖੇ ਨਹੀਂ ਲੱਗ ਜਾਂਦੀ ਸੀ, ਮੈਂ ਮਦੀਨੇ ਦੀਆਂ ਗਲੀਆਂ ਚ ਪੇਟ ਭਰਨੇ ਮੂਦਾ ਪੈ ਜਾਂਦਾ ਸੀ। ਲੋਕ ਸਮਝਦੇ ਸਨ ਹਜ਼ਰਤ ਅਬੂ ਹੁਰੈਰਾ ਨੂੰ ਦੌਰਾ ਪਿਆ ਹੈ, ਪਰ ਅੱਲਾ ਦੀ ਕਸਮੇ ਦੌਰਾ ਦੂਰਾ ਨਹੀਂ ਪੈਂਦਾ ਸੀ, ਭੁੱਖੀ ਹੁੰਦੀ ਸੀ। ਮੈਂ ਨਬੀ ਪਾਕ ਦੋਵਾਂ ਜਹਾਨਾਂ ਦੇ ਸਰਦਾਰ ਅੱਗੇ ਸ਼ਿਕਾਇਤ ਕੀਤੀ, ਸੋਹਣਿਆ ਕੁਛ ਭੁੱਖਾ ਮਾਰ ਦਿੱਤਾ, ਫਾਕਿਆਂ ਨੇ ਪਰੇਸ਼ਾਨ ਕੀਤਾ। ਮੇਰੇ ਨਬੀ ਫਰਮਾਉਂਦੇ ਨੇ ਇਹ ਮੇਰਾ ਅਬੂ ਹੁਰੈਰਾ ਚੰਦ ਮੁੱਠੀ ਭਰ ਖਜੂਰਾਂ ਲੈ ਕੇ ਆਣਾ। ਹਜ਼ਰਤ ਅਬੂ ਹੁਰੈਰਾ ਕਹਿੰਦੇ ਨੇ ਮੈਂ ਚੰਦ ਖਜੂਰਾਂ ਲੈ ਕੇ ਆਇਆ ਨਾ, ਮੇਰੇ ਨਬੀ ਨੇ ਇਹ ਖਜੂਰਾਂ ਆਪਣੇ ਰਹਿਮਤ ਤੇ ਬਰਕਤ ਵਾਲੇ ਹੱਥਾਂ ਵਿੱਚ ਲੈ ਲਈਆਂ। ਮੇਰੇ ਨਬੀ ਨੇ ਬਰਕਤ ਦੀ ਦੁਆ ਕਰ ਦਿੱਤੀ, ਕਰਾਇਆ ਕਰ ਦੁਆ ਤੁਸੀਂ ਕਿਸੇ ਨੇਕ ਮੌਲਵੀ ਸਾਹਿਬ ਨੂੰ ਨਾ, ਚੰਗੇ ਬੰਦੇ ਨੂੰ ਸੱਦ ਕੇ ਰੋਟੀ ਖਵਾ ਕੇ ਦੁਆ ਕਰਵਾ ਲਿਆ ਕਰ। ਭਾਬੀਓ ਮੇਰੀ ਖੁਸ਼ਕੀ ਨਾ ਲਿਆ ਫਿਰਿਆ ਕਰੋ, ਕਿਸੇ ਦਰਵੇਸ਼ ਨੂੰ ਖਾਣਾ ਖਿਲਾਇਆ ਕਰੋ। ਹਜ਼ਰਤ ਅਬੂ ਹੁਰੈਰਾ ਆਉਂਦੇ ਨੇ ਮੇਰੇ ਨਬੀ ਨੇ ਇੰਜ ਕਰਕੇ ਇਹ ਖਜੂਰਾਂ ਆਪਣੇ ਮੁੱਠੀ ਚ ਲੈ ਲਈਆਂ, ਆਪਣੇ ਬਰਕਤ ਵਾਲੇ ਹੱਥਾਂ ਚ ਲੈ ਲਈਆਂ। ਅੱਲਾ ਦੁਲ ਜਲਾਲ ਦੀ ਕਸਮੇ ਇਹ ਤੇ ਹਾਥੀ ਉਹ ਹੱਥ ਨੇ, ਲੰਘਦਿਆਂ ਲੰਘਦਿਆਂ ਉਮੇ ਮਾਬਤ ਦੀ ਬੱਕਰੀ ਨੂੰ ਲੱਗੇ। ਮੇਰੇ ਅੱਲਾ ਨੇ 18 ਸਾਲ ਲਈ ਦੁੱਧ ਆਡੀ ਪੂਹ ਖੋਲ ਦਿੱਤਾ। ਆਪ ਫਰਮਾਉਂਦੇ ਨੇ ਇਹ ਮੇਰਾ ਅਬੂ ਹੁਰੈਰਾ ਇਹ ਖਜੂਰਾਂ ਗੁਤਲੀ ਚ ਬੰਦ ਕਰ ਲੈ, ਵਿੱਚੋਂ ਖਾਧੀ ਜਾਈ ਸਾਰੀਆਂ ਇੱਕੋ ਵਾਰੀ ਉਲਟੀ ਨਾ, ਮੂਧੀ ਗੁਤਲੀ ਨਾ ਕਰੀ, ਵਿੱਚੋਂ ਕੱਢ ਕੱਢ ਕੇ ਖਾਧਾ ਖਾਂਦਾ ਰਹੀ, ਵਿੱਚੋਂ ਸਦਕਾ ਵੀ ਕਰਦਾ ਰਹੀ ਖਾਂਦਾ ਵੀ ਰਹੀ। ਅਬੂ ਹੁਰੈਰਾ ਫਰਮਾਉਂਦੇ ਨੇ ਉਸ ਦਿਨ ਤੋਂ ਲੈ ਕੇ ਮੈਂ ਹੁਣ ਤੱਕ ਖਜੂਰਾਂ ਖਾਧੀਆਂ ਵੀ ਨੇ, ਵਿੱਚੋਂ ਸਦਕਾ ਵੀ ਕੀਤੀਆਂ ਨੇ। ਕਿੰਨੀਆਂ ਕੁ ਸਦਕਾ ਕੀਤੀਆਂ ਨੇ? ਅਬੂ ਹੁਰੈਰਾ ਕਹਿੰਦੇ ਨੇ ਮੈਂ ਉਹਦੇ ਵਿੱਚੋਂ ਤਕਰੀਬਨ 80 ਮਨ ਖਜੂਰਾਂ ਅੱਲਾ ਦੇ ਰਾਹ ਚ ਵੰਡ ਚੁੱਕਿਆ ਵਾ, ਪਰ ਨਬੀ ਦੀ ਦੁਆ ਦੀ ਬਰਕਤ ਦੀ ਵਜ੍ਹਾ ਕਰਕੇ ਖਜੂਰਾਂ ਮੁੱਕਦੀਆਂ ਹੀ ਨਹੀਂ। ਵਕਾਲਾ ਰੱਬੁਕੁਮ ਦੂਨੀ ਉਦੂਨੀ ਅਸਤਜਿਬ ਲਕੁਮ ਇਨੱਲਦੀਨਾ ਯਸਤਕਬਿਰੂਨਾ ਇਬਾਦਤੀ ਸਯਦਖੁਲੂਨਾ ਜਹੰਨਮਾ ਦਾਖਰੀ। ਟਾਈਮ ਮੇਰਾ ਪੂਰਾ ਹੋ ਗਿਆ ਕਿ ਨਹੀਂ? ਸ਼ਾਹ ਸਾਹਿਬ ਤਸ਼ਰੀਫ ਫਰਮਾਨ, ਅੱਲਾ ਪਾਕ ਕੋਲੋਂ ਅੰਬਿਆ ਮੰਗਦੇ ਰਹਿ, ਨਬੀਆਂ ਨੂੰ ਲੋੜ ਪੈਂਦੀ ਰਹੀ ਤੇ ਰੱਬ ਕੋਲੋਂ ਮੰਗਦੇ ਰਹਿ। ਭਾਜੀ ਮੰਗਦੇ ਰਹਿ ਕਿ ਨਾ, ਇੱਕ ਨਬੀ ਮੁੱਕੀ ਮਾਰ ਕੇ ਬੰਦਾ ਮਾਰ ਬੈਠਾ, ਤਾਕਤ ਹੈ ਨਾ ਹੁਣ ਤੇ ਸਾਡੇ ਜਵਾਨਾਂ ਦੀ ਤਾਕਤ ਇਹ ਨਹੀਂ ਕਿਸੇ ਨੂੰ ਆਪ ਲੱਥਾ ਮਾਰ ਦੇਣ ਨਾ, ਤਮਾਚਾ ਤੇ ਗੁੱਟ ਨਿਕਲ ਜਾਂਦਾ। ਮੂਸਾ ਅਲੈਹਿ ਸਲਾਮ ਕੁਰਾਨ ਕਹਿੰਦਾ ਫਵਾਕਜ਼ਹੁ ਮੂਸਾ ਫਕਜ਼ਾ ਅਲੈਹਿ, ਮੁੱਕੀ ਮਾਰੀ ਨਾ ਮੁੱਕੀ, ਫਵਾਕਜ਼ਹੁ ਮੂਸਾ ਮੁੱਕੀ ਮਾਰੀ ਫਕਜ਼ਾ ਲਾ, ਉੱਥੇ ਜਾਣ ਨਿਕਲ ਗਈ ਨਾ ਪਰਵਾਨ ਆਏ ਇਹ ਮਰਿਆ ਪਿਆ। ਫਿਰਾਉਨ ਦੀ ਅਸੈਂਬਲੀ ਚ ਬਿੱਲ ਪਾਸ ਹੋ ਗਿਆ, ਮੂਸਾ ਬੰਦੇ ਮਾਰਨ ਲੱਗ ਪਿਆ ਤੇ ਅਸੈਂਬਲੀਆਂ ਚ ਸਾਰੇ ਚਵਲ ਹੀ ਨਹੀਂ ਹੁੰਦੇ, ਚੰਗੇ ਵੀ ਹੁੰਦੇ ਨੇ, ਅਸੈਂਬਲੀਆਂ ਚ ਬੰਦੇ ਚੰਗੇ ਵੀ ਹੁੰਦੇ ਨੇ।
ਇੱਕ ਚੰਗਾ ਦੌੜ ਪਿਆ। ਕੁਰਾਨ ਕਹਿੰਦਾ ਵਾਜਾ ਰਾਜੁਲੁਨ ਮਿਨ ਵਰਜਾ ਰਾਜੁਲੁਨ, ਅੱਲਾ ਦਾ ਕੁਰਾਨ ਕਹਿੰਦਾ ਇੱਕ ਬੰਦਾ ਯਸਾ ਦੌੜਦਾ ਦੌੜਦਾ ਆਇਆ, ਆ ਕੇ ਕਹਿੰਦਾ ਯਾ ਮੂਸਾ ਇਨਲ ਮਲਕ ਯਾ ਤਮਰੂ ਨਾ ਬੇਕਾ ਲੇ ਯਕ ਤੁਲੂ ਕਾ ਫਾਖਰੁਜ ਇਨੀ ਲਾਕਾ ਲਾਮਿਨ ਨਾਸੇ ਹੀ